ਕਾਲਾ ਤਨੋਲਾ ਗੈਂਗਸਟਰ AGTF ਵੱਲੋਂ ਐਨਕਾਊਂਟਰ ਕਰ ਦਿੱਤਾ ਗਿਆ ਵੈ। AGTF ਦੇ AG ਸੰਦੀਪ ਗੋਇਲ ਦੇ ਨਾਲ ਗੱਲਬਾਤ ਕਰਦੇ ਹਾਂ। ਗੋਇਲ ਸਾਹਿਬ, ਐਨਕਾਊਂਟਰ ਬਾਰੇ ਜਾਣਨਾ ਚਾਹੁੰਦੇ ਹਾਂ ਕੀ ਪੂਰਾ ਮਾਮਲੇ, ਕਿੰਨੇ ਮਾਮਲੇ ਇਸ ਦੇ ਉੱਤੇ ਦਰਜ ਸੀਗੇ ਔਰ ਕਿਵੇਂ ਇਸ ਦਾ ਪਿੱਛਾ ਜਿਹੜਾ ਉਹ ਕੀਤਾ ਜਾ ਰਿਹਾ ਸੀ? ਦੇਖੋ, ਮੈਂ ਤੁਹਾਨੂੰ ਇੱਥੇ ਦੱਸਣਾ ਚਾਹੁੰਦਾ ਕਿ ਗੁਰਮੀਤ ਸਿੰਘ ਕਾਲਾ ਧਨੌਲਾ ਔਰ ਕਾਲਾ ਧਨੌਲਾ ਇਹ ਧਨੌਲੇ ਦਾ ਰਹਿਣ ਵਾਲਾ ਸੀਗਾ, ਤਾਂ ਇਸਦੇ ਵਿਰੁੱਧ ਕਾਫੀ ਮਤਲਬ 50 ਤੋਂ ਵੱਧ ਪਰਚੇ ਦਰਜ ਸਨ। ਇਹਦੇ 302 ਦੇ ਕੇਸ ਵਿੱਚ ਸਜ਼ਾ ਯਾਫਤਾ ਵੀ ਹੈਗਾ। ਇਹਨੇ ਪਿੱਛੇ ਜੇ ਆ ਜਨਵਰੀ ਤੇ ਫਰਵਰੀ ਦੇ ਮਹੀਨੇ ਦੇ ਵਿੱਚ ਬਰਨਾਲੇ ਦੇ ਵਿੱਚ ਇੱਕ ਬੰਦੇ ਤੇ ਜਾਨਲੇਵਾ ਹਮਲਾ ਕੀਤਾ, ਉਹਦੇ ਵਿੱਚ ਇਹ ਭਗੌੜਾ ਸੀਗਾ ਤੇ ਇਸਨੇ ਇਸ ਏਰੀਆ ਦੇ ਵਿੱਚ ਬਰਨਾਲਾ ਤੇ ਨਾਲ ਦੇ ਸੰਗਰੂਰ ਦੇ ਏਰੀਆ ਵਿੱਚ ਕਾਫੀ ਦਹਿਸ਼ਤ ਫੈਲਾਈ ਵੀ ਸੀਗੀ ਤੇ ਇਸ ਕਰਕੇ ਇਹ ਬਰਨਾਲਾ ਪੁਲਿਸ ਤੇ AGTF ਸਾਰੀ ਇਹਦੇ ਤੇ ਹੌਟ ਪਰਸਿਊਟ ਤੇ ਸੀਗੀ। ਅਸੀਂ ਟੈਕਨੀਕਲ ਇਨਪੁਟ ਤੇ ਹਿਊਮਨ ਇੰਟੈਲੀਜੈਂਸ ਨਾਲ ਕੜੀ ਨਾ ਕੜੀ ਜੋੜਦੇ ਹੋਏ ਅਸੀਂ ਇਸ ਨੂੰ ਅੱਜ ਇੱਥੇ ਬੜਬਰ ਦੇ ਇਲਾਕੇ ਧਨੌਲਾ ਪੁਲਿਸ ਥਾਣੇ ਦੇ ਇਲਾਕੇ ਦੇ ਵਿੱਚ ਇਸ ਨੂੰ ਇੱਕ ਟਰੈਪ ਕੀਤਾ ਸੀਗਾ ਤੇ ਇਸਨੇ ਪੁਲਿਸ ਨੂੰ ਦੇਖ ਕੇ ਤੇ ਹੈਵਲੀ ਆਰਮਡ ਸੀਗਾ ਤੇ ਇਸਨੇ ਕਾਫੀ ਫਾਇਰਿੰਗ ਕੀਤੀ ਹੈਗੀ ਹੈ, ਜਿਹਦੇ ਵਿੱਚ ਸਾਡਾ ਇੰਸਪੈਕਟਰ ਪੁਸ਼ਪਿੰਦਰ ਸਿੰਘ ਉਸਦੇ ਗੋਲੀ ਵੱਜੀ ਹੈਗੀ ਹੈ, ਉਸਨੂੰ ਮੈਡੀਕਲ ਏਡ ਕਰਵਾਈ ਦਿੱਤੀ ਜਾ ਰਹੀ ਹੈ ਤੇ ਇੱਕ ਸਾਡਾ ਸਬ ਇੰਸਪੈਕਟਰ ਜਸਪ੍ਰੀਤ ਸਿੰਘ ਹੈ ਉਹ ਵੀ ਇੰਜਰਡ ਹੈਗਾ। ਸੋ ਇਹ ਸਾਰਾ ਘਟਨਾਕ੍ਰਮ ਹੈ, ਇਸ ਵਿੱਚ ਐਕਸਚੇਂਜ ਆਫ ਫਾਇਰ ਦੇ ਵਿੱਚ ਜਿਹੜਾ ਹੈਗਾ ਗੁਰਮੀਤ ਸਿੰਘ ਏਲੀਅਸ ਕਾਲਾ ਧਨੌਲਾ ਨਿਊਟਰਲਾਈਜ਼ ਕਰ ਦਿੱਤਾ ਗਿਆ। ਇਹ ਕਾਲਾ ਧਨੌਲਾ ਕੱਲਾ ਸੀਗਾ ਜਾਂ ਫਿਰ ਇਸ ਦੇ ਨਾਲ ਕੋਈ ਹੋਰ ਵੀ ਸੀਗਾ? ਇਸ ਦੇ ਨਾਲ ਇਹਦੇ 3 ਸਾਥੀ ਹੋਰ ਕਾਬੂ ਕੀਤੇ, ਉਹਨਾਂ ਦੀ ਸਾਰਿਆਂ ਦੀ ਉਹ ਸਾਰੀ ਸ਼ਨਾਖਤ ਤੇ ਪੁੱਛਗਿੱਛ ਕੀਤੀ ਜਾਏਗੀ ਜਿਹੜੀ ਹਲੇ ਤਾਂ ਹਲੇ ਮਤਲਬ ਇਟ ਇਜ਼ ਇਨੀਸ਼ੀਅਲ ਤੇ ਉਸ ਤੋਂ ਬਾਅਦ ਹੀ ਮੈਂ ਕੁਝ ਇਸ ਦੇ ਬਾਰੇ ਕਹਿ ਪਾਵਾਂਗਾ। ਸਰ, ਇਹ ਕਿਸੇ ਗੈਂਗ ਨਾਲ ਵੀ ਤਾਲੁਕ ਰੱਖਦਾ ਸੀ ਜਾਂ ਇਸ ਦੀ ਆਪਣੀ ਗੈਂਗ ਜਿਹੜੀ ਚੱਲ ਰਹੀ ਸੀ? ਵੱਖ-ਵੱਖ ਗੈਂਗਾਂ ਦੇ ਨਾਲ ਵੀ ਅਫੀਲੀਏਸ਼ਨ ਸੀਗੀ, ਬਟ ਮੋਰਲੈਸ ਇਸ ਨੇ ਆਪਣਾ ਗੈਂਗ ਹੀ ਬਣਾਇਆ ਹੋਇਆ ਸੀ। ਕਾਫੀ ਦੇਰ ਤੋਂ ਇਹ ਸਕ੍ਰਿਯ ਸੀਗਾ ਬਰਨਾਲਾ ਦੇ ਏਰੀਆ ਵਿੱਚ 20 ਸਾਲਾਂ ਤੋਂ ਤੇ ਜਿਸ ਤਰ੍ਹਾਂ ਮੈਂ ਆਪ ਨੂੰ ਦੱਸਿਆ ਪਹਿਲਾਂ 302 ਦੇ ਕੇਸ ਵਿੱਚ ਵੀ ਇਹ ਸਜ਼ਾ ਯਾਫਤਾ ਹੈਗਾ ਤੇ ਕਾਫੀ ਕੇਸਾਂ ਵਿੱਚ ਕਿਉਂਕਿ ਇਹ ਡਰਾ ਧਮਕਾ ਲੈਂਦਾ ਸੀਗਾ ਤੇ ਆਪਣੇ ਗਵਾਹ ਨੂੰ ਬਿਠਾ ਲੈਂਦਾ ਸੀ ਤੇ ਬਰੀ ਹੋ ਜਾਂਦਾ ਸੀ ਤੇ ਇਸਨੇ ਕਾਫੀ ਆਪਣਾ ਮਤਲਬ ਦਹਿਸ਼ਤ ਦਾ ਮਾਹੌਲ ਬਣਾਇਆ ਹੋਇਆ ਸੀਗਾ ਇਸ ਏਰੀਆ ਦੇ ਵਿੱਚ ਤੇ ਹੁਣ ਇਸਨੇ ਜਨਵਰੀ ਦੇ ਵਿੱਚ ਇੱਕ ਇੱਥੇ ਬਾਲਾ ਨਾਮ ਦੇ ਵਿਅਕਤੀ ਤੇ ਕਾਫੀ ਕਾਫੀ ਗੋਲੀਆਂ ਚਲਾਈਆਂ ਸੀ ਤੇ ਉਸਨੂੰ ਲਗਭਗ ਮਾਰ ਕੇ ਹੀ ਸੁੱਟ ਚੁੱਕਿਆ ਸੀਗਾ ਪਰ ਉਹ ਬਚ ਗਿਆ ਹੈਗਾ। ਉਹਦੇ ਵਿੱਚ ਇਹ ਕੇਸ ਵਿੱਚ ਇਹ ਭਗਾਉਣਾ ਸੀਗਾ। ਦੂਸਰਾ ਵੀ ਹੈ ਸਰ, ਕਿਉਂਕਿ ਇਹ ਕਿਤੇ ਜਾ ਰਿਹਾ ਸੀਗਾ ਜਾਂ ਇਹਨੂੰ ਘੇਰਾ ਪਾਇਆ ਗਿਆ, ਕਿੱਥੇ ਸੀਗਾ? ਨਹੀਂ, ਸਾਨੂੰ ਜਿਵੇਂ ਮੈਂ ਤੁਹਾਨੂੰ ਦੱਸਿਆ ਟੈਕਨੀਕਲ ਤੇ ਸਾਡੇ ਕੋਲ ਹਿਊਮਨ ਇਨਪੁਟ ਸੀਗੀ ਤੇ ਅਸੀਂ ਇਸ ਨੂੰ ਬੜਬਰ ਟ੍ਰੋਲ ਪਲਾਸ ਦੇ ਅੱਗੇ ਇੱਕ ਹਵੇਲੀ ਦੇ ਕੋਲੇ ਬੈਕ ਦੇ ਵਿੱਚ ਹਵੇਲੀ ਦੇ ਉਹਦੇ ਆਸੇ ਪਾਸੇ ਸਾਰੇ ਕਣਕ ਉੱਗੀ ਹੋਈ ਆ ਉਹਦੇ ਵਿੱਚ ਇਸ ਨੂੰ ਅਸੀਂ ਟਰੈਪ ਕੀਤਾ ਸੀਗਾ। ਇਸਨੇ ਪੁਲਿਸ ਨੂੰ ਟਰੈਪ ਵੇਚਦੇ ਹੋਏ ਸਾਡੇ ਤੇ ਗੋਲੀ ਚਲਾਈ ਹੈਗੀ ਤੇ ਐਕਸਚੇਂਜ ਆਫ ਫਾਇਰ ਦੇ ਵਿੱਚ ਹੀ ਹੈਜ਼ ਬੀਨ ਨਿਊਟਰਲਾਈਜ਼ਡ। ਔਰ ਜਿਹੜੇ ਪੁਲਿਸ ਦੇ ਮੁਲਾਜ਼ਮ ਫੱਟੜ ਹੋਏ ਨੇ ਉਹਨਾਂ ਦੀ ਹਾਲਤ ਕਿਵੇਂ ਦੱਸੀ ਜਾ ਰਹੀ ਹੈ? ਉਹਨਾਂ ਨੂੰ ਹਸਪਤਾਲ ਰੈਫਰ ਕੀਤਾ ਹੈਗਾ ਤੇ ਫਿਰ ਉਸ ਤੋਂ ਬਾਅਦ ਹੀ ਤੁਹਾਨੂੰ ਇਸ ਬਾਰੇ ਅਪਡੇਟ ਦੇ ਪਾਵਾਂਗਾ।